मुंडा केले वंडन डे अमृतपाल सिंह का नाम हरपाल विक्रम स्कूल वालों केले न्याण दिते गए खाने लिए भुख ना लगे केलिया तो बाद संतरिया की वाली वधिया डिजाइन कड़े वधिया इमारतां बनिया है बहुत वधिया डिजाइन एंट्री हो चुकी है अंदर तो आ गए आप देखो अंदर बार सारे खुला खुला बोटिंग सेंटर के एंटर हो गए देखो बोटिंग सेंटर के लोग बोटिंग कर रहे हैं ये बोटिंग सेंटर है टिकट है मेरे ख्याल 45-50 रुपए है तो वेखो लोग डे है बहुत ज़्यादा लंबी इन्होंने बनाई है अद्भुत दुनिया को जानिए खाते हुए छोटे बड़े बेशुमार डायनासोर्स हैं। इधर अंदर डायनासोर सब कुछ दसणगे उन्होंने पानी पींदा पानी पींदा।
ਅੰਦਰ ਨੇ ਸਾਰਾ ਦਿਨ ਵੇਖੋ ਗੁਫਾ ਕਿੱਡੀ ਵਧੀਆ ਚੀਜ਼ ਬਣਾਈ ਆ ਵੇਖੋ ਪਾਣੀ ਵੀ ਆਉਣ ਡਿਆ ਬਹੁਤ ਵਧੀਆ ਗੁਫਾ ਵੇਖੋ ਅੰਦਰ ਜਾਣਾ ਹੁਣ ਆਪਾਂ ਇਹਦੇ ਅੰਦਰ ਜਾਣਾ ਹੁਣ ਇਹਦੇ ਬਹੁਤ ਪੁਰਾਣੇ ਸਮੇਂ ਦੀ ਗੱਲ ਦੱਸਣ ਦੇ ਆ ਜੀਵ ਜੰਤੂ ਦਿਖਾਈ ਦੇ ਔਰ ਫਿਰ ਕੀੜੇ ਮਕੜੀਆਂ ਔਰ ਚੌਪਾਈਆਂ ਵਿਕਸਿਤ ਹੋਈ ਆ ਵੇਖੋ ਕਿਹੜੇ ਪਹਿਲੇ ਦੇ ਆ ਵੇਖੋ ਜੋ ਪਹਿਲੇ ਸਮੇਂ 'ਚ ਬੰਦੇ ਹੁੰਦੇ ਜਿਹੜੇ ਆ ਜਿਹੜੇ ਬੰਦੇ ਜਿਹੜੇ ਪਹਿਲਾਂ ਹੁੰਦੇ ਹੁਣ ਚੱਲੇ ਹਾਂ ਬਾਹਰ ਨੂੰ ਆਪਾਂ ਵੇਖ ਲਿਆ ਬਹੁਤ ਵਧੀਆ ਚੀਜ਼ ਗੱਲ ਫਿਰ ਉੱਥੇ ਹੀ ਆ ਗਏ ਗੁਫਾ ਪਾਰਕ ਚਿੜੀ ਬਣਾਈ ਆਰਟੀਫਿਸ਼ਲ ਹਰਿਆਲੀ ਨਾਲ ਫਿਰ ਤੁਰ ਡਏ ਆ ਪਾਰਕ ਦੇ ਵਿੱਚ ਅਤੇ ਹੁਣ ਹੋਰ ਕੁਛ ਚੀਜ਼ ਦਿਖਾਉਣਗੇ ਸਾਨੂੰ ਅਤੇ ਹੁਣ ਗਾੜੀ ਜਾ ਕੇ ਵੀਡੀਓ ਨੂੰ ਬਸ ਲਾਸਟ ਤੱਕ ਜ਼ਰੂਰ ਵਹਿੰਦੇ ਰਹੋ ਅਤੇ ਅੱਗੇ ਹੋਰ ਤੁਹਾਨੂੰ ਦਿਖਾਉਂਦੇ ਹੋਰ ਬਹੁਤ ਕੁਛ ਆ ਬੋਟਿੰਗ ਕਾਂਡੇ ਟੈਂਕ ਉੱਤੋਂ ਬੰਬ ਚੱਲਦੇ ਇਹਦੇ ਬਾਰੇ ਪੜ੍ਹਦੇ ਆ ਵੇਖੋ ਲਿਖਿਆ ਵਾਹਵਾ ਖਤਰਨਾਕ ਹੀ ਲੱਗਦਾ ਮੈਨੂੰ ਤੇ ਆਖੋ ਇਹਦੇ ਬਾਰੇ ਲਿਖਿਆ ਜਹਾਜ਼ ਫਾਈਟਰ ਜਹਾਜ਼ ਇਹਦਾ ਨਾਂ ਜੇ MiG-23BN-SM-201 ਵੇਖੋ ਕਿੱਡਾ ਤਗੜਾ ਜਹਾਜ਼ ਆ ਇੰਡੀਆ ਦਾ ਇਹ ਫਾਈਟਰ ਜੈੱਟ ਆ ਉਹ ਜਾਲੀ ਪਾੜੀ ਉਹ ਜਾਲੀ ਨਾ ਮਰਾ ਕੇ ਬਹਿ ਜਾਓ ਚੜੀਏ ਪਾਇਲਟ ਵਾਲੀ ਥਾਂ ਪੌੜੀ ਲੱਗੀ ਤੇ ਹੈਗੀ ਆ ਇਹਦੇ ਨਾਲ ਯੂਕਰੇਨ ਚੱਲਿਆ ਬੰਦੇ ਦੇ ਬੰਬ ਸੁੱਟਣਾ ਇਹਨੇ ਆਲ ਦਾ ਬੈਸਟ ਗੁੱਡ ਲੱਕ ਚਾਂਦ ਦੀ ਪਰਵਾਹ ਨਹੀਂ ਕਰਦੀ ਤੂੰ ਸਾਨੂੰ ਨਹੀਂ ਪਰਵਾਹ ਓਏ ਸਾਨੂੰ ਨਹੀਂ ਪਰਵਾਹ ਜਾਲ ਦੀ ਤੇਰੀ ਦੀ ਜਾਲ ਦੇ ਨਹੀਂ ਤੂੰ ਜਾ ਇੱਕ ਬੈਟ ਜਾਣਾ ਨਹੀਂ ਏਰੀ ਮੈਂ ਕਿਹਾ ਫਿਰ ਸੀਟ ਬੈਲਟ ਨਹੀਂ ਹੈਗੀ ਤੂੰ ਮੇਰਾ ਪਾ ਜਾ ਕੁਝ ਨਹੀਂ ਹੁੰਦਾ ਆ ਉਹ ਉਹ ਆ ਲੱਗਣਾ ਨਾ ਪੀਜੀ ਨਾ ਕਰੋ ਇਦਾਂ ਤੂੰ ਇਹਨੂੰ ਡਰਾਉਂਦੇ ਹੋ ਤੂੰ ਯਾਰ ਇਹ ਉੱਤੇ ਦੇਖ ਕੇ ਉਹਨੇ ਫੋਟੋ ਖਿੱਚੀ ਆਇਆ ਪਤਾ ਸਾਰਾ ਆ ਜਾ ਰੁਕ ਜਾ ਵੇਖ ਕੇ ਆਈਏ ਕੀ ਆਹ ਤੇ ਓਰੀਜਨਲ ਅੰਗ ਆ ਓਏ ਉਹ ਬੜੇ ਸੋਚ ਹੁੰਦੇ ਆ ਜਹਾਜ਼ 'ਚ ਮੇਰੇ ਖਿਆਲ ਨਾਲ ਇਹ ਜਹਾਜ਼ ਅਸਲੀ ਆ ਕਿਉਂਕਿ ਇਹਦੇ ਵਿੱਚ ਟਾਇਰ ਵੀ ਸਾਰੇ ਲੈਦਰ ਦੇ ਸਭ ਕੁਝ ਆ ਅਤੇ ਉੱਤੇ ਤੁਸੀਂ ਮੀਟਰ ਵੀ ਵੇਖਿਆ ਉਹ ਵੀ ਓਰੀਜਨਲ ਆ ਬਸ ਇਹ ਕਿ ਖਰਾਬ ਹੋ ਗਿਆ ਨਾ ਖਲਾਰ ਟਾਇਰ ਵੀ ਆ ਜਿਹੜੇ ਇਹਦੇ ਪੈਂਚਰ ਹੋਏ ਆ ਅਤੇ ਹੈ ਲੈਦਰ ਦੇ ਆ ਅਤੇ ਬਾਕੀ ਮੀਟਰ ਵੀ ਤੁਸੀਂ ਵੇਖਿਆ ਅੰਦਰ ਅਸਲੀ ਲੜਾਕੂ ਜਹਾਜ਼ ਖਲਾਰਿਆ ਵੇਖੋ ਸਾਇੰਸ ਬੈਠੀਆਂ ਖਾਣ ਲੱਗੇ ਆ ਘੁੰਮ ਫਿਰ ਕੇ ਭੁੱਖ ਲੱਗ ਗਈ ਅਤੇ ਉਹ ਵੀ ਇਹਨਾਂ ਨੂੰ ਬਰੀਕ ਹੋਈਆਂ ਆ ਮੁੰਡੇ ਪੈੜੀਆਂ ਖਾ ਕੇ ਹੋ ਗਏ ਵੇਲੇ ਟੇਬਲ ਖਾਲੀ ਕਰਦੇ ਆ ਸਾਨੂੰ ਕੰਟੀਨ 'ਚ ਦਿੱਤਾ ਕੱਢ ਕਿਉਂਕਿ ਆਪਾਂ ਜੂਠਾ ਆਪਾਂ ਜੂਠਾ ਮਾਝਾ ਪਿਆਤਾ ਖੇਡੂ ਇਸ ਕਰਕੇ ਰੌਲਾ ਪਾਤਾ ਅਤੇ ਉਹ ਬਾਹਰ ਕੱਢਤਾ ਉਹਨੂੰ ਕੰਟੀਨ 'ਚੋਂ ਅਤੇ ਹੁਣ ਆਪਾਂ ਫਿਰ ਲੱਗੇ ਧੁੱਪੇ ਬਹਿਣ ਹੁਣ 2 ਵਜੇ ਦਾ ਟਾਈਮ ਹੈ ਆਪਾਂ ਉਹ ਗਲੋਬ ਦੇ ਅੰਦਰ ਜਾਣਾ ਹੈ ਉੱਥੇ ਬਹੁਤ ਵਧੀਆ ਚੀਜ਼ਾਂ ਉੱਥੇ ਜਾਂਦੇ 2 ਵਜੇ ਨਾਲ ਬਾਅਦ ਹੁਣ ਤਾਂ ਖਾ ਪੀ ਲਿਆ ਅਤੇ ਹੁਣ ਧੁੱਪੇ ਬਹਿੰਦੇ
हाँ जी आप बस में बह गए चले घर दो घंटे लग जाने जाते हैं इस करके वीडियो फुल वेखने बहुत बहुत धन्यवाद। वीडियो लाइक कर दो चैनल सबसक्राइब है। धन्यवाद।